ਔਰ ਬਰਤਨ ਜਿਹੜਾ ਕੁਛ ਬੇਗਮ ਜਿਹੜਾ ਇੱਧਰ ਜਿਹੜਾ ਕਿਚਨ ਨੇ ਦੋ ਹੀ ਜਿਹੜੇ ਛੋਟੇ ਬਰਤਨ ਸੀ ਕੱਚ ਦੇ, ਬਾਕੀ ਜਿਹੜਾ ਟਾਪ ਬਰਤਨਾਂ ਦਾ ਭਰਿਆ ਹੋਇਆ ਮੈਂ ਨਲਕੇ ਤੇ ਜਿਹੜਾ ਪਹੁੰਚਾ ਆਇਆ। ਜਾ ਫਾਤਮਾ ਕੋਲ ਜਿਹੜਾ ਮੰਜੇ ਤੇ ਜਿਹੜਾ ਬੈਠੀ ਆ, ਬੇਗਮ ਜਿਹੜਾ ਬਰਤਨ ਧੋਣੇ ਜਿਹੜਾ ਸ਼ੁਰੂ ਕਰ ਤੇ ਮੈਂ ਦੁਕਾਨ ਤੇ ਚੱਕਰ ਲਾਈ ਆਵਾਂ। ਔਰ ਬੇਗਮ ਨੇ ਵੀ ਬਰਤਨ ਜਿਹੜਾ ਸਾਰੇ ਧੋ ਲੈਣ, ਔਰ ਹੁਣ ਜਿਹੜਾ ਇੱਕੋ ਜਿਹੀ ਜਿਹੜਾ ਮਿੱਟੀ ਇਹ ਕਰ ਰਹੀ ਆ, ਜਿੰਨੇ ਬਰਤਨ ਸੀ ਸਾਰੇ ਜਿਹੜਾ ਧੋਪ ਗਏ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਦੁਆ ਕਰਨਾ ਮੇਰੇ ਤਮਾਮ ਬੇਣ ਦਰਿਆ ਜਿੱਥੇ ਰਹੇ ਖੁਸ਼ ਰਹਿਣ, ਬਾਦ ਰਹੇ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿਣ। ਔਰ ਸਾਰੇ ਮਹਿਮਾਨ ਜਿਹੜੇ ਨਾ ਚਲੇ ਗਏ, ਔਰ ਮਾਸ਼ਾਅੱਲਾ ਜਿਹੜੇ ਨਾ ਅੱਜ ਲੰਗਰ ਜਿਹੜੇ ਨਾ ਤਕਸੀਮ ਕਰਨਾ ਸੀ ਜੀ। ਇਹ ਚਾਕ ਲੈ ਜਾਵੇਗਾ ਨਹੀਂ, ਜਾ ਫਾਤਮਾ ਕਹਿ ਰਹੀ ਕਿ ਪਾਪਾ ਜਿਹੜੇ ਨਾ ਦੇਗਾਂ ਵਾਲਾ ਨਹੀਂ ਆਇਆ ਹਾਲੇ ਤੱਕ, ਚੱਕੇ ਚੱਕ ਲੈ ਜਾਵੇਗਾ ਅੱਜ। ਔਰ ਮੈਂ ਹੁਣ ਸਭ ਤੋਂ ਪਹਿਲੇ ਜਿਹੜੇ ਨਾ ਸਾਰੇ ਖੱਡੇ ਜਿਹੜੇ ਨਾ ਆਇਆ ਦੇਗਾਂ ਵਾਲੇ ਜਿਹੜੇ ਨਾ ਪੂਰ ਲਮਟੋਏ, ਪਰ ਲੀਡ ਰੱਖਿਆ ਅੰਦਰ ਕਿਉਂਕਿ ਪਹਿਲੇ ਜਿਹੜੇ ਟਾਈਮ ਹੀ ਕੋਈ ਨਹੀਂ ਲੱਗਿਆ। ਇੱਥੇ ਜਿਹੜੇ ਨਾ ਨੀਂਦ ਤੋਂ ਅੱਖਾਂ ਜਿਹੜੀ ਨਾ ਮਸਾਂ ਹੋਈਆਂ ਖੜੀਆਂ ਨੇ, ਕਿਉਂਕਿ ਸਾਰੀ ਰਾਤ ਜਿਹੜੇ ਨਾ ਫਿਰ ਜਾਗਦੇ ਰਹੇ, ਕਿਉਂਕਿ ਇੱਕ ਘੰਟਾ ਵੀ ਜਿਹੜੇ ਨਾ ਕੌਣ ਸੀ, ਅਤੇ ਫਿਰ ਲੰਗਰ ਜਿਹੜੇ ਨਾ ਰਾਤ ਨੂੰ ਜਿਹੜੇ ਨਾ ਪਕਾਇਆ ਸੀ ਨਾ, ਅਤੇ ਸਵੇਰੇ 7 ਵਜੇ ਤੀਕਰ ਜਿਹੜੇ ਨਾ ਸਾਰਾ ਲੰਗਰ ਮਾਸ਼ਾਅੱਲਾ ਜਿਹੜੇ ਨਾ ਤਿਆਰ ਹੋ ਗਿਆ ਸੀ। ਉਰੇ ਆ ਜਾਓ, ਆ ਜਾ ਆ ਜਾ ਆ ਜਾ, ਐਂ ਦੇਖੋ ਲੀਡ ਲੈ ਕੇ ਅੰਦਰ ਅੰਦਰ ਰੱਖ ਦੇ, ਇੱਧਰ ਵਲੇਟ ਕੇ ਜਿਹੜੇ ਨਾ ਰੱਖ ਦੇ। ਕਿਉਂਕਿ ਪਹਿਲੇ ਜਿਹੜਾ ਦਿਨੇ ਬੇਗਮ ਨੇ 2 ਟੱਪ ਜਿਹੜੇ ਨਾ ਬਰਤਨਾਂ ਦੇ ਭਰੇ ਹੋਏ, ਜਿਹੜੇ ਅਸੀਂ ਕਿਰਾਏ ਤੇ ਬਰਤਨ ਰੈਂਟ ਤੇ ਲੈ ਕੇ ਆਏ ਸੀ ਨਾ, ਪਲੇਟਾਂ ਜੱਗ ਗਲਾਸ ਟੱਪ, ਪਹਿਲੇ ਉਹ ਜਿਹੜੇ ਨਾ ਸਾਰਾ ਲੰਗਰ ਤਕਸੀਮ ਕਰਕੇ ਖਵਾ ਕੇ ਉਸ ਤੋਂ ਬਾਅਦ ਜਿਹੜੇ ਉਹ ਬਰਤਨ ਜਿਹੜੇ ਨਾ ਦੋਤੇ। ਹਾਲੇ ਤੱਕ ਜਿਹੜੇ ਘਰ ਦੇ ਬਰਤਨ ਜਿਹੜੇ ਨਾ ਸਾਰੇ ਉਹ ਟੱਪ ਜਿਹੜੇ ਨਾ ਪੂਰਾ ਫੁੱਲ ਹੋਇਆ ਪਿਆ ਬਰਤਨਾਂ ਨਾਲ, ਉਹ ਜਿਹੜੇ ਨਾ ਧੋਣੇ ਨੇ। ਹੁਣ ਮੇਰਾ ਕੰਮ ਵਗੈਰਾ ਕਾਫੀ ਸਾਰਾ ਜਿਹੜੇ ਅੰਦਰ, ਅਮੀਨ ਬਾਈ ਨੂੰ ਕਹਿਣਾ ਕਿ ਆਪਣੀ ਦੇਗਾਂ ਜਿਹੜੇ ਨਾ ਲਾਜ਼ਮੀ ਜਿਹੀ ਚਾਕ ਲੈ ਜਾਵੇ, ਕਿਉਂਕਿ ਦੇਗਾਂ ਮਾਸ਼ਾਅੱਲਾ ਜਿਹਨੇ 7 ਪਕਾਈਆਂ ਸੀ ਨਾ, ਅਤੇ 5 ਉਹ ਲੈ ਕੇ ਆਇਆ ਸੀ, ਫਿਰ 2 ਪਹਿਲੇ ਜਿਹੜੇ ਨਾ ਤਕਸੀਮ ਕੀਤੀਆਂ, ਬਾਅਦ ਫਿਰ ਦਿਨੇ ਜਿਹੜੇ ਨਾ 2 ਪਕਾਈਆਂ ਸੀ, 5 ਦੇਗਾਂ ਸੀ ਜਿਹੜੇ ਰਾਤ ਨੂੰ ਜਿਹੜੇ ਨਾ ਬਣਾ ਲਈਆਂ। ਇਸ ਕਰਕੇ ਕਿਉਂਕਿ ਅਸੀਂ 3 ਜਿਹੜੇ ਸੀ, ਇੱਕ ਬਾਈ ਬਰਾਰ ਸੀ, ਅਮੀਨ ਬਾਈ ਸੀ ਅਤੇ ਮੈਂ ਸੀ, ਉਹ 3 ਜਿਹੜਿਆਂ ਨੇ ਜਿਹੜੇ ਫਿਰ ਸਾਰੀਆਂ ਲੰਗਰ ਜਿਹੜੇ ਸ਼ਾਮ ਨੂੰ ਜਿਹੜੇ ਨਾ ਰਾਤੋਂ ਰਾਤ ਸਾਰਾ ਜਿਹੜੇ ਨਾ ਮਾਸ਼ਾਅੱਲਾ ਤਿਆਰ ਕਰ ਲਿਆ ਸੀ। ਔਰ ਸਾਰੇ ਜੂਸ ਬੋਤਲਾਂ ਜਿਹੜੀਆਂ ਸੀ, ਫਿਰ ਬਰਫ਼ ਦੇ ਜਿਹੜੇ ਨੇ 4 ਮਣ ਬਰਫ਼ ਲਈ ਸੀ ਨਾ, ਬਲਾਕ ਪੂਰਾ ਜਿਹੜਾ ਬਰਫ਼ ਦਾ ਲਿਆ ਸੀ, ਉਹ ਫਿਰ ਛੋਟੀ ਛੋਟੀ ਕਰਕੇ ਜਿਹੜੇ ਟੱਪਾਂ ਦੇ ਵਿੱਚ ਜਿਹੜਾ ਪਾ ਕੇ ਠੰਡੇ ਜੂਸ, ਠੰਡੀਆਂ ਬੋਤਲਾਂ ਜਿਹੜੀ ਕੀਤੀਆਂ ਸੀ, ਪਾਣੀ ਵੀ ਜਿਹੜਾ ਠੰਡਾ ਕਰ ਲਿਆ ਸੀ। ਔਰ ਮੰਜਾ ਜਿਹੜਾ ਨਾ ਇੱਧਰ ਜਿਹੜਾ ਨਾ ਰੱਖ ਲਿਆ ਸੀ, ਮੰਜਾ ਵੀ ਜਿਹੜਾ ਇੱਥੋਂ ਚੱਕ ਲੈਂਦੇ ਹਾਂ। ਔਰ ਮੁੰਜ ਜਿਹੜੀ ਨਾ ਅਸੀਂ ਸਾਫ਼ ਜਿਹੜੀ ਨਾ ਸੁਬਹ ਕਰਾਂਗੇ, ਹੁਣ ਟਾਈਮ ਕੋਈ ਨਹੀਂ ਆ, ਸਵੇਰੇ ਮੁੰਜ ਸਾਫ਼ ਕਰਕੇ ਔਰ ਸੁਬਹਾ ਨਾਲ ਜਿਹੜਾ ਕੰਮ ਜਿਹੜਾ ਤੰਦੂਰਾਂ ਦਾ ਇਨਸ਼ਾਅੱਲਾ ਅਸੀਂ ਜਿਹੜਾ ਨਾ ਸ਼ੁਰੂ ਕਰ ਲਵਾਂਗੇ। ਟੋਕੇ ਦੀ ਇੱਧਰ ਜਗ੍ਹਾ ਨਹੀਂ ਬਣੀ ਸੀ, ਫਿਰ ਇੱਥੇ ਜਿਹੜੇ ਦੀ ਸੈਟਿੰਗ ਵਗੈਰਾ ਜਿਹੜੀ ਕਰ ਲਈ ਸੀ, ਔਰ ਨੁਮਾਨ ਨੇ ਸਾਰੀ ਜਿਹੜੇ ਨੇ ਘਰ ਦੀ ਸਾਫ਼ ਸਫਾਈ ਕੀਤੀ ਆ, ਜਿਤਨੇ ਜਿਹੜੇ ਗੱਤੇ ਸੀ ਜੂਸਾਂ ਵਾਲੇ ਜਿਹੜੇ ਨੇ ਸਾਰੇ ਉਹਨੇ ਤੋੜੇ ਜਿਹੜੇ ਨਾ ਭਰ ਕੇ ਰੱਖ ਲਏ, ਅਤੇ ਆ ਜਿਹੜੇ ਬੋਤਲਾਂ 'ਚ ਪੈਟਦੇ ਛਾਪਰ ਸੀ ਉਹ ਵੀ ਰੱਖ ਲਏ। ਉਹਨੇ ਕਿਹਾ ਪਾਪਾ ਜਿਹੜੇ ਨਾ ਬਾਹਰ ਨਹੀਂ ਸੱਟਣੇ, ਚੱਲ ਕੰਮ ਆਵੇਗਾ ਨਾ, ਸੇਲ ਕਰ ਲਈ ਸਾਹਮਣੇ ਸਾਰੇ ਜਿਹੜੇ ਜਿੰਨੇ ਘਰ ਦੇ ਸੀ ਨੇ, ਡੱਬੇ ਵਗੈਰਾ ਜਿਹੜੇ ਨਾ ਫਿਰ ਬੱਚਿਆਂ ਨੇ ਜੂਸ ਪੀਤੇ ਸੀ ਨਾ, ਸਾਰੇ ਨੁਮਾਨ ਨੇ ਘਰ ਸਾਫ਼ ਕਰਨ ਦੀ ਹੈਲਪ ਕੀਤੀ ਆ। ਬੇਗਮ ਅਤੇ ਮੈਂ ਅਸੀਂ 3 ਜਿਹੜੇ ਸੀ ਘਰ ਦੀ ਸਾਫ਼ ਸਫਾਈ ਕਰਨ ਵਾਲੇ, ਅਤੇ ਇਸ ਕਰਕੇ ਜਿਹੜਾ ਸਾਰਾ ਮੈਨੇਜ ਜਿਹੜਾ ਹੋ ਗਿਆ। ਔਰ ਕਮੈਂਟ ਵੀ ਜਿਹੜਾ ਮੈਨੂੰ ਆਉਣ 2-3 ਕਿ ਜਲਦ ਬਈ ਤੁਸੀਂ ਜਿਹੜਾ ਬਹੁਤ ਜ਼ਿਆਦਾ ਜਿਹੜਾ ਮਿਹਨਤ ਕੀਤੀ, ਅੱਲਾ ਪਾਕ ਕਬੂਲ ਕਰੇ, ਮਿਹਨਤ ਬਾਕੀ ਬਹੁਤ ਜ਼ਿਆਦਾ ਜਿਹੜਾ ਕੀਤੀ ਹੈ। ਅਸਲ 'ਚ ਜਿਹੜਾ ਨਾ ਕੰਮ ਦੀ ਮੈਨੂੰ ਕੋਈ ਨਹੀਂ ਆ, ਜਿਤਨਾ ਮਰਜ਼ੀ ਹਾਰਡ ਕੰਮ ਹੋ ਜਾਵੇ ਨਾ, ਉਹਦਾ ਮਸਲਾ ਮੈਨੂੰ ਕੋਈ ਨਹੀਂ ਆ, ਹਿਲੇ ਹੋਇਆ ਉਹ ਸਰਵਿਸ ਆ ਮੇਰੀ ਜਿਹੜਾ ਮਿਹਨਤ ਵਾਲੇ ਕੰਮ ਕਰਨ ਦੀ, ਉਹਦਾ ਮੈਨੂੰ ਪਰੇਸ਼ਾਨੀ ਕੋਈ ਨਹੀਂ ਮੰਨੀ। ਨੀਂਦ ਦੀ ਵਜ੍ਹਾ ਤੋਂ ਜਿਹੜਾ ਤਬੀਅਤ ਹੀ ਖਰਾਬ ਹੋਣ, ਜਿਸਮ ਮੈਂ ਦਰਦਾਂ ਵਗੈਰਾ ਜਿਹੜੀਆਂ ਹੋ ਰਹੀਆਂ ਨਾ, ਪੂਰੀ ਰਾਤ ਜਿਹੜਾ 1 ਘੰਟਾ ਵੀ ਜਿਹੜਾ ਰੈਸਟ ਕੋਈ ਨਹੀਂ ਹੋਈ, ਸਮੀਜਾ ਕੋਈ ਨਹੀਂ ਆ, ਉਹਦੀ ਨੀਂਦ ਦੀ ਵਜ੍ਹਾ ਤੋਂ ਜਿਹੜਾ ਤਬੀਅਤ ਸਾਰਾ, ਫਿਰ ਸਾਰਾ ਦਿਨ ਮਹਿਮਾਨ ਸੀ, ਇਸ ਵਜ੍ਹਾ ਤੋਂ ਜਿਹੜਾ ਦਿਨੇ ਵੀ ਜਿਹੜਾ ਆਰਾਮ ਕੋਈ ਨਹੀਂ ਕੀਤਾ। ਉਦੋਂ ਦੁਕਾਨ ਜਿਹੜਾ ਉਹ ਵੀ ਖੋਲ੍ਹੀ ਹੋਈ ਸੀ ਜੀ ਪੁੱਤਰ।
ਕਾਕਾ ਮਰਦਾ ਹੁਣ ਨਜਾਬ ਫਾਤਮਾ ਜਿਹੜਾ ਜੰਮ ਨੂੰ ਜਿਹੜਾ ਖਾ ਦੇ ਵਾਹ ਥੋੜ੍ਹੀ ਮਤੀ ਮਾਸ਼ਾ ਅੱਲਾਹ ਪਾਕ ਇਹਨਾਂ ਦੀ ਜ਼ਿੰਦਗੀ ਕਰੇ ਔਰ ਖੱਡੇ ਜਿਹੜੇ ਨਾ ਫਰੀਜ ਗਏ ਇਹਨਾਂ ਨੂੰ ਪਾਣੀ ਵਗੈਰਾ ਜਿਹੜਾ ਛਿੜਕਾਂਗੇ ਨਾ ਫਿਰ ਮਿੱਟੀ ਵਗੈਰਾ ਜਿਹੜੀ ਨਾ ਬਹਿ ਜਾਵੇਗੀ ਔਰ ਹੁਣ ਬੇਗਮ ਨੂੰ ਜਿਹੜਾ ਟੱਪ ਜਿਹੜਾ ਚਵਾ ਕੇ ਲੈ ਜਾਂਦਾ ਬਰਤਨਾਂ ਦਾ ਬਰਤਨ ਜਿਹੜੇ ਧੋ ਲੈਂਦੇ ਉੱਥੇ ਜਿਹੜੇ ਨਲਕੇ ਤੇ ਔਰ ਬਰਤਨ ਜਿਹੜੇ ਨਾ ਕੁਛ ਬੇਗਮ ਜਿਹੜੇ ਨਾ ਇੱਧਰ ਜਿਹੜੇ ਨਾ ਕਿਚਨ ਨੇ ਦੋ ਰਹੀ ਜਿਹੜੇ ਛੋਟੇ ਬਰਤਨ ਸੀ ਕੱਚ ਦੇ ਬਾਕੀ ਜਿਹੜੇ ਨਾ ਟੱਪ ਬਰਤਨਾਂ ਦਾ ਭਰਿਆ ਹੋਇਆ ਮੈਂ ਨਲਕੇ ਤੇ ਜਿਹੜੇ ਨਾ ਪਹੁੰਚਾ ਆਇਆ ਨਹੀਂ ਨਹੀਂ ਕੱਚ ਦੇ ਜਿਹੜੇ ਕੱਚ ਦੇ ਇੱਥੇ ਰੱਖ ਲਓ ਔਰ ਬਾਕੀ ਆ ਸਾਰੀ ਔਰ ਇੱਕ ਟੋਕਰੀ ਜਿਹੀ ਨਾ ਪਈ ਹੈ ਸਾਰੇ ਬਰਤਨਾਂ ਧੋਣ ਵਾਲਿਆਂ ਦੀ ਹਾਲੀ ਸਾਫ਼ ਸਫਾਈ ਕਿਚਨ ਦੀ ਜਿਹੀ ਨਾ ਸਾਰੀ ਕਰਨ ਨਾਲ ਜਿਹੜੇ ਦੀ ਕੋਈ ਨਹੀਂ ਗਾਬੇ ਨਾ ਰਲ ਕੇ ਕਰ ਲੈਂਦੇ ਹਾਂ ਸਾਰਾ ਕੰਮ ਪਰੇਸ਼ਾਨ ਨਾ ਬੇਗਮ ਨੂੰ ਕੱਲ੍ਹ ਦਾ ਕੰਮ ਜਿਹੜਾ ਨਾ ਬਹੁਤ ਜ਼ਿਆਦਾ ਜਿਹੜਾ ਨਾ ਪੈ ਗਿਆ ਵੈਸੇ ਤਾਂ ਸਾਰਾ ਦਿਨ ਜਿਹੜਾ ਨਾ ਘਰਦੇ ਨੇ ਕੰਮ ਕਰਨਾ ਹੁੰਦਾ ਲੇਕਿਨ ਜਿਹੜਾ ਨਾ ਕਾਫ਼ੀ ਐਕਸਟਰਾ ਬਰਤਨ ਵੀ ਹੋ ਗਏ ਸੀ ਕਾਫ਼ੀ ਜ਼ਿਆਦਾ ਹੋ ਗਏ ਸੀ ਹਾਲੇ ਤੱਕ ਸਵੇਰੇ ਜਿਹੜਾ ਕੱਪੜੇ ਕਮਰਿਆਂ ਦੇ ਜਿਹੜੇ ਕੱਪੜੇ ਵਗੈਰਾ ਨੇ ਬੈਡ ਸ਼ੀਟ ਵਗੈਰਾ ਹੋ ਗਈ ਇਹ ਸਾਰੀ ਚੀਜ਼ਾਂ ਜਿਹੜੀਆਂ ਸੋਫੇ ਦੇ ਉਲਾਰਾ ਵਗੈਰਾ ਜਿਹੜਾ ਗੱਦੀਆਂ ਦੇ ਹੋ ਗਏ ਉਹ ਵੀ ਜਿਹੜਾ ਸਾਰੇ ਦੋਣੇ ਪਾਉਣੇ ਨੇ ਦੁਬਾਰਾ ਕਿਉਂਕਿ ਚਾਵਲ ਉੱਤੇ ਬੱਚਿਆਂ ਨੇ ਜੂਸ ਵਗੈਰਾ ਜਿਹੜੇ ਡੋਲ ਤੋਂ ਸਾਰਾ ਜਿਹੜਾ ਦੋਣੇ ਪੈਣੇ ਨੇ ਔਰ ਇਹਦੇ ਕਮਰੇ ਜਿਹੜਾ ਬਰਤਨ ਜਿਹੜਾ ਕੁਝ ਦੋਣ ਵਾਲੇ ਸੀ ਬੇਗਮ ਉਹ ਵੀ ਜਿਹੜਾ ਇਕੱਠੇ ਕਰਕੇ ਜਿਹੜਾ ਲਿਆ ਰਹੀ ਆ ਕਾਫੀ ਬਰਤਨ ਜਿਹੜਾ ਬਣ ਜਾਣੇ ਨੇ ਔਰ ਅੰਮੀ ਜੀ ਵੀ ਜਿਹੜਾ ਆਰਾਮ ਕਰ ਰਹੀ ਹੈ ਖਾ ਲੈਣ ਔਰ ਇੱਕ ਟੱਪ ਜਿਹੜਾ ਮੈਂ ਉਹ ਪਹੁੰਚਾ ਆਇਆ ਬਰਤਨਾਂ ਦਾ ਜਿਹੜਾ ਨਲਕੇ ਤੇ ਉਰੇ ਵੀ ਟੱਪ ਜਿਹੜਾ ਫੁੱਲ ਭਰਿਆ ਹੋਇਆ ਔਰ ਮੰਜਾ ਜਿਹੜਾ ਇੱਥੇ ਰੱਖਿਆ ਨਾ ਵੀ ਬਰਤਨ ਧੋ ਕੇ ਉੱਪਰ ਮੰਜੇ 'ਤੇ ਰੱਖਾਂਗੇ ਸਾਰਾ ਪਾਣੀ ਜਿਹੜਾ ਨਿਚੜ ਜਾਵੇਗਾ ਨਾ ਫਿਰ ਜਿਹੜਾ ਕਿਚਨ ਨੇ ਜਿਹੜਾ ਰੱਖ ਲਵਾਂਗੇ ਔਰ ਸੁਬਹ ਦਾ ਆਪਾਂ ਨੂੰ ਕੰਮ ਫਿਰ ਕਾਫੀ ਸਾਰਾ ਜਿਹੜਾ ਬਣ ਜਾਣਾ ਰੇੜਾ ਹੀ ਮੈਂ ਤਾਂ ਕਹਿੰਦਾ ਰਕਸ਼ਾ ਮਿੱਟੀ ਦਾ ਜਿਹੜਾ ਸਟਵਾਨੇ ਆ ਕੱਚੀ ਮਿੱਟੀ ਦਾ ਅਤੇ ਆਹ ਸਾਰੇ ਤੰਦੂਰ ਦੇ ਟੋਏ ਰਿਪੇਅਰ ਕਰ ਲਈ ਹੋਟਲਾਂ ਵਾਲੇ ਕਸਟਮਰ ਕਾਫੀ ਸਾਰੇ ਜਿਹੜਾ ਮੁੜ ਜਾਂਦੇ ਨੇ ਸੁਬਹ ਆਪਾਂ ਤੰਦੂਰ ਵੀ ਰਿਪੇਅਰ ਕਰਨੇ ਨੇ ਮੁੰਝ ਜਿਹੜੀ ਨੇ ਵੀ ਸਾਫ਼ ਕਰਨੀ ਆ ਕੰਮ ਕਾਫੀ ਸਾਰਾ ਦਾ ਤੰਦੂਰ ਤੂਰ ਰਿਪੇਅਰ ਕਰ ਰਹੇ ਮੁੰਝ ਮੈਂ ਸਾਫ਼ ਕਰ ਲਈ ਸਰ ਠੀਕ ਹੈ ਨਾ ਹਾਂ ਬਸ ਦੁਆ ਕਰ ਸਵੇਰੇ ਮੌਸਮ ਜਿਹੜਾ ਠੰਡਾ ਹੋ ਜਾਵੇ ਅਸਲ ਤਾਂ ਮੁੰਝ ਨੇ ਬਹੁਤ ਘਬਰਾਉਣਾ ਕਿਉਂਕਿ ਕੱਪੜਿਆਂ ਦੇ ਅੰਦਰ ਚਲੀ ਜਾਂਦੀ ਹੈ ਚੁੱਭਦੀ ਬਹੁਤ ਜ਼ਿਆਦਾ ਘਬਰਾ ਬਹੁਤ ਜ਼ਿਆਦਾ ਲੈਂਦੀ ਆ ਹਾਂਜੀ ਜੰਮੂ ਖਾ ਰਹੇ ਹੋ ਪੈਂਪ ਲਿਆ ਪੈਂਪ ਲਿਆ
ਨਹੀਂ ਇੱਕੋ ਜਿਹੀ ਜਿਹਨੇ ਕਰ ਲੈਂਦੇ ਹਾਂ। ਜਾ ਫਾਤਮਾ ਕੋਲ ਜਿਹੜੇ ਨਾਲ ਮੰਜੇ ਤੇ ਜਿਹੜੇ ਨਾਲ ਬੈਠੀ ਆ, ਬੇਗਮ ਜਿਹੜੇ ਨਾਲ ਬਰਤਨ ਧੋਣੇ ਜਿਹੜੇ ਨਾਲ ਸ਼ੁਰੂ ਕਰ, ਤੈਨੂੰ ਮੈਂ ਦੁਕਾਨ 'ਤੇ ਚੱਕਰ ਲਾਈ ਆਵਾਂ, ਠੀਕ ਹੈ ਨਾ? ਹਾਂਜੀ ਖਾ ਲਾ ਪੁੱਤਰ ਜੰਮੂ, ਤੂੰ ਖਾ ਲਾ, ਕਹਿ ਰਹੀ ਪਾਪਾ ਜੰਮੂ ਖਾ ਲਾ, ਮੈਨੂੰ ਕਹਿ ਰਹੀ ਪਾਪਾ ਜੰਮੂ ਖਾ ਲਾ। ਕਿਹੜਾ ਕੱਪ? ਅੱਛਾ ਟੱਪ, ਟੱਪ ਮੈਂ ਤੈਨੂੰ ਹੁਣੇ ਪਕੜਾ ਦਿੰਦਾ, ਉਧਰੋਂ ਆਉਣ ਦੀ ਕਿਹੜੀ ਜ਼ਰੂਰਤ, ਪਹਿਲੇ ਜਿਹੜੇ ਨਾਲ ਮੈਂ ਟੱਪ ਪਕੜਾ ਦਿੰਦਾ। ਮਾਂ ਦੀ ਹੈਲਪ ਕਰਾ ਦੇ ਆਪਣੀ ਦੀ, ਬਰਤਨ ਦਵਾ ਦੇ ਉਹਨੂੰ, ਹੈ ਦਵਾਵੇਂ ਜੀ ਬਰਤਨ? ਨਹੀਂ ਚੱਲ, ਉਹ ਤਾਂ ਕਹਿ ਰਹੇ ਬਰਤਨ ਨਹੀਂ ਦਵਾਣੇ। ਚੱਲ ਉਹਦੇ ਦਾਦੀ ਮੁਕਵਾ ਜਾ ਫਿਰ ਪੰਖੇ ਤੇ, ਆ ਜਾ ਗਰਮੀ ਆ ਇੱਥੇ, ਆ ਜਾ ਚੱਲ ਸੌ ਜਾ। ਹਾਲੀ ਮਸਾ ਨੀ ਜਾ ਫਾਤਮਾ ਤੇ ਇੱਥੇ ਜਿਹੜੇ ਨਾ ਸੌ ਗਈ ਆ। ਔਰ ਬੇਗਮ ਨੇ ਵੀ ਬਰਤਨ ਜਿਹੜੇ ਨਾ ਸਾਰੇ ਧੋ ਲੈਣ, ਔਰ ਹੁਣ ਜਿਹੜੇ ਨਾ ਇੱਕੋ ਜਿਹੀ ਜਿਹੜੇ ਨਾ ਮਿੱਟੀ ਇਹ ਕਰ ਰਹੀ ਆ, ਜਿੰਨੇ ਬਰਤਨ ਸੀ ਸਾਰੇ ਜਿਹੜੇ ਨਾ ਧੋਪ ਗਏ। ਦੇਜ ਕੀ ਰਹਿ ਗਈ? ਟੱਪ ਰਹਿ ਗਿਆ ਬਸ, ਔਰ ਬਾਕੀ ਜਿਹੜੇ ਨਾ ਸਾਰੇ ਬਰਤਨ ਜਿਹੜੇ ਨਾ ਧੋਪ ਗਏ। ਹਾਂ ਹਾਂਜੀ, ਤੇ ਮੈਂ ਵੀ ਦੁਕਾਨ ਤੇ ਆ ਗਿਆ, ਔਰ ਅੱਜ ਦੇ ਵਾਲਾ ਵਲੌਗ ਵੀ ਕਰ ਰਿਹਾ ਇੱਥੇ ਖਤਮ, ਔਰ ਅੱਜ ਮੈਂ ਵੀ ਜੇ ਇੰਨਾ ਟਾਈਮ ਦੁਕਾਨ ਜੇ ਬੰਦ ਕਰ ਦਿੰਦਾ, ਸਭ ਤੋਂ ਪਹਿਲਾਂ ਜੇ ਦਵਾਈ ਆਪਣੇ ਵਾਸਤੇ ਜੇ ਇੰਨਾ ਲੈ ਕੇ ਆਉਣਾ, ਕਾਫੀ ਸਾਰੀ ਜੇ ਇੰਨਾ ਤਬੀਅਤ ਖਰਾਬ ਹੋਈ ਹੋਈ ਆ, ਇੱਕ ਤਾਂ ਐਂ ਨੀਂਦ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਾਫੀ ਸਾਰੀ ਜੇ ਨਾਈ ਹੋਤੀ ਹੈ, ਦੂਸਰਾ ਇਹ ਆ ਕਿ ਦਰਦ ਜੇ ਇੰਨਾ ਬਹੁਤ ਜ਼ਿਆਦਾ ਜੇ ਇੰਨਾ ਹੋ ਰਹੀ ਹੈ, ਇਸ ਵਜ੍ਹਾ ਜੇ ਇੰਨਾ ਮੈਂ ਜੇ ਲੈ ਪੂਰੇ ਜਿਸਮ ਜੇ ਇੰਨਾ ਬਹੁਤ ਜ਼ਿਆਦਾ ਜੇ ਇੰਨਾ ਦਰਦ ਹੋ ਰਹੀ ਆ, ਅਤੇ ਮੈਂ ਹੁਣੇ ਜੇ ਇੰਨਾ ਬੰਦ ਕਰ ਦਿੰਦੇ ਹਾਂ, ਅਤੇ ਸਵੇਰੇ ਫਸਟ ਟਾਈਮ ਫਿਰ ਜਿਹੜੇ ਦੁਕਾਨ ਖੋਲ੍ਹੇ, ਕਿਉਂਕਿ ਰੈਸ ਬਹੁਤ ਜ਼ਿਆਦਾ ਸਿਰ ਜਿਹੜੇ ਨੇ ਬਾਰੀ ਹੋਇਆ ਹੁੰਦਾ ਨੀਂਦ ਦੀ ਵਜ੍ਹਾ ਤੋਂ, ਅਤੇ ਮੈਂ ਜ਼ਿਆਦਾ ਤਬੀਅਤ ਜੇ ਇੰਨਾ ਖਰਾਬ ਨਾ ਹੋ ਜਾਵੇ ਤਾਂ ਕਰਕੇ ਮੈਂ ਟਾਈਮ ਨਾਲ ਬੰਦ ਕਰਕੇ ਟਾਈਮ ਨਾਲ ਜੀ ਨੇ ਦਵਾਈ ਜੀ ਨੇ ਲੈ ਆਉਂਦੇ, ਔਰ ਅੱਜ ਦਾ ਵਲੌਗ ਜੇ ਇੰਨਾ ਛੋਟਾ ਜਿਹਾ ਜੇ ਇੰਨਾ ਬਣਿਆ, ਇਨ ਸ਼ਾ ਅੱਲਾ ਇੰਨਾ ਢੇਰ ਸਾਰਾ ਖਿਆਲ ਰੱਖਿਆ ਜੀ, ਦੁਆਵਾਂ 'ਚ ਯਾਦ ਰੱਖਿਆ ਜੀ, ਇਹਨਾਂ ਦੁਆਵਾਂ ਦੇ ਨਾਲ ਤੇ ਇਜਾਜ਼ਤ, ਅੱਲਾ ਹਾਫਿਜ਼।